ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਸਾਡੇ YouTube ਦੇ ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅੱਜ ਆਪਾਂ ਪੰਜਾਬ ਜੀਕੇ ਦੇ MCQ ਕਰਨ ਜਾ ਰਹੇ ਹਾਂ ਇਹ ਵੀਡੀਓ ਪੰਜਾਬ ਦੇ ਸਾਰੇ ਪੇਪਰਾਂ ਵਾਸਤੇ ਹੈ ਇਸ ਵੀਡੀਓ ਵਿੱਚ ਇੰਗਲਿਸ਼ ਵਿੱਚ ਕੁਐਸਚਨ ਆਨਸਰ ਹਨ ਪਰ ਮੇਰੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਪੰਜਾਬੀ ਦੇ ਵਿੱਚ ਸਮਝਾ ਸਕਾਂ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਵਿੱਚ ਦੱਸਣਾ ਤੁਹਾਨੂੰ ਵੀਡੀਓ ਕਿਵੇਂ ਲੱਗੀ ਤਾਂ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਵਿੱਚ ਸਿਟੀ ਇਜ਼ ਨੋਨ ਐਜ਼ ਦਾ ਸਟੀਲ ਸਿਟੀ ਆਫ ਪੰਜਾਬ ਪੰਜਾਬ ਦੀ ਸਟੀਲ ਸਿਟੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਮੰਡੀ ਗੋਬਿੰਦਗੜ ਨੂੰ ਪੰਜਾਬ ਦੀ ਸਟੀਲ ਸਿਟੀ ਕਿਹਾ ਜਾਂਦਾ ਹੈ ਕਰਦੇ ਹਾਂ ਦੂਜਾ ਕੁਐਸਚਨ ਹੂ ਇਜ਼ ਗਵਰਨਰ ਆਫ ਪੰਜਾਬ ਤੇ ਪੰਜਾਬ ਦੇ ਮੌਜੂਦਾ ਗਵਰਨਰ ਬਨਵਾਰੀ لال ਪ੍ਰੋਹਿਤ ਹਨ ਵਿਚ ਇਸ ਦਾ ਲਾਰਜ ਸਿਟੀ ਆਫ ਪੰਜਾਬ ਏਰੀਆ ਵਾਈਜ਼ ਤਾਂ ਪੰਜਾਬ ਦੀ ਏਰੀਆ ਵਾਈਜ਼ ਲਾਰਜ ਸਿਟੀ ਹੈ ਲੁਧਿਆਣਾ ਵਾਟ ਇਜ਼ ਦਾ ਐਵਰੇਜ ਲਿਟਰੇਸੀ ਰੇਟ ਆਫ ਪੰਜਾਬ ਅਕੋਰਡਿੰਗ ਟੂ ਦਾ 2011 ਸੈਂਸਸ 2011 ਦੇ ਸਰਵੇ ਅਨੁਸਾਰ ਪੰਜਾਬ ਦਾ ਲਿਟਰੇਸੀ ਰੇਟ ਕਿੰਨਾ ਹੈ ਤਾਂ 75.84 ਪੰਜਾਬ ਦਾ ਲਿਟਰੇਸੀ ਰੇਟ ਹੈ ਇਨ ਵਿੱਚ ਯੀਅਰ ਅਮਰਸਰ ਸਿਟੀ ਵਾਸ ਫਾਊਂਡਡ ਅਮਰਸਰ ਸ਼ਹਿਰ ਦੀ ਸਥਾਪਨਾ ਕਦੋਂ ਹੋਈ ਤਾਂ 1574 ਵਿੱਚ ਅਮਰਸਰ ਸ਼ਹਿਰ ਦੀ ਸਥਾਪਨਾ ਕੀਤੀ ਗਈ ਪਿਆਬੀ ਨਾਵਲ ਚੱਟਾ ਲਹੂ ਇਜ਼ ਰਿਟਨ ਬਾਈ ਪਿਆਬੀ ਨਾਵਲ ਚੱਟਾ ਲਹੂ ਕਿਸ ਦੀ ਰਚਨਾ ਹੈ ਇਹ ਨਾਵਲ ਨਾਨਕ ਸਿੰਘ ਦੀ ਰਚਨਾ ਹੈ ਪਾਖੜਾ ਡੈਮ ਇਜ਼ ਸੈਚੁਏਟਡ ਐਟ ਵਿਚ ਰਿਵਰ ਪਾਖੜਾ ਡੈਮ ਕਿਹੜੀ ਨਦੀ ਦੇ ਕੰਢੇ ਤੇ ਹੈ ਪਾਖੜਾ ਡੈਮ ਸਤਲੁਜ ਨਦੀ ਦੇ ਕੰਢੇ ਤੇ ਹੈ ਹੁਲਾ ਮਹੱਲਾ ਫੈਸਟੀਵਲ ਇਜ਼ ਸੈਲੀਬ੍ਰੇਟ ਐਟ ਹੁਲਾ ਮਹੱਲਾ ਕਿਸ ਸ਼ਹਿਰ ਵਿੱਚ ਮਨਾਇਆ ਜਾਂਦਾ ਹੈ ਹੁਲਾ ਮਹੱਲਾ ਅਨੰਦਪੁਰ ਸ਼ਹਿਰ ਵਿੱਚ ਅਨੰਦਪੁਰ ਸਾਹਿਬ ਵਿੱਚ ਮਨਾਇਆ ਜਾਂਦਾ ਹੈ ਹੂ ਇਜ਼ ਨੋਨ ਐਸ ਦਾ ਫਾਦਰ ਆਫ ਮਾਡਰਨ ਪੰਜਾਬੀ ਲਿਟਰੇਚਰ ਆਧੁਨਿਕ ਪੰਜਾਬੀ ਲਿਟਰੇਚਰ ਦੇ ਪਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਲਿਟਰੇਚਰ ਦੇ ਪਿਤਾਮਾ ਕਿਹਾ ਜਾਂਦਾ ਹੈ which is the large green market of punjab ਪੰਜਾਬ ਦੀ ਸਭ ਤੋਂ ਵੱਡੀ ਮੰਡੀ ਕਿਹੜੀ ਹੈ ਤਾਂ ਖੰਨਾ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਹੈ in which years punjab and pepsi merge pepsi punjab ਵਿੱਚ ਕਦੋਂ ਮਰਜ ਹੋਇਆ ਤਾਂ ਪੈਪਸੂ ਪੰਜਾਬ ਵਿੱਚ 1956 ਵਿੱਚ ਮਰਜ ਹੋਇਆ। ਵਿਚ ਸਿਟੀ ਇਜ਼ ਦਾ ਮਾਂਚੈਸਟਰ ਆਫ ਪੰਜਾਬ। ਤਾਂ ਮਾਂਚੈਸਟਰ ਆਫ ਪੰਜਾਬ ਲੁਧਿਆਣਾ ਸ਼ਹਿਰ ਨੂੰ ਕਿਹਾ ਜਾਂਦਾ ਹੈ। ਵਾਟ ਇਜ਼ ਦਾ 올ਡ ਨੇਮ ਆਫ ਪੰਜਾਬ? ਤਾਂ ਸੱਤ ਸਿੰਧੂ ਪੰਜਾਬ ਦਾ ਪੁਰਾਣਾ ਨਾਮ ਹੈ। ਹੂ ਕੰਪੇਸਟ ਦਾ ਫੇਮਸ ਰੋਮਾਂਟਿਕ ਐਪਿਕ ਹੀਰਾਂਜਾ? ਹੀਰਾਂਜਾ ਕਿੱਸਾ ਕਿਸ ਵੱਲੋਂ ਲਿਖਿਆ ਗਿਆ? ਇਕ ਕਸਾ ਵਾਰਿਸ਼ਾਂ ਵੱਲੋਂ ਲਿਖਿਆ ਗਿਆ ਹੈ ਵੈਨ ਵਾਸ ਦਾ ਟ੍ਰੀਟੀ ਆਫ ਅਮਰਸਰ ਸਾਈਨ ਅਮਰਸਰ ਦੀ ਸੰਧੀ ਕਦੋਂ ਹੋਈ ਇਹ ਸੰਧੀ 1809 ਈਸਵੀ ਵਿੱਚ ਹੋਈ ਵਿੱਚ ਮੂਵਮੈਂਟ ਵਾਸ ਨੋਨ ਐਸ ਦਾ ਨਾਮਧਾਰੀ ਮਿਸ਼ਨ ਨਾਮਧਾਰੀ ਮਿਸ਼ਨ ਨੂੰ ਹੋਰ ਕੀ ਕਿਹਾ ਜਾਂਦਾ ਹੈ ਇਹਨਾਂ ਨੂੰ ਕੁੱਕੇ ਕਿਹਾ ਜਾਂਦਾ ਹੈ ਹੂ ਵਾਸ ਦਾ ਗੁਰੂ ਆਫ ਭਾਈ ਰਾਮ ਸਿੰਘ ਭਾਈ ਰਾਮ ਸਿੰਘ ਦੇ ਗੁਰੂ ਕੌਣ ਸਨ ਤਾਂ ਬਾਬਾ ਬਾਲਕ ਸਿੰਘ ਭਾਈ ਰਾਮ ਸਿੰਘ ਦੇ ਗੁਰੂ ਸਨ ਵਿਚ ਐਨੀਮਲ ਵਾਸ ਵਰਸ਼ਪਡ ਇਨ ਦਾ ਕੂਕਾ ਮੂਮੈਂਟ ਤਾਂ ਕੂਕੇ ਕਿਸ ਦੀ ਪੂਜਾ ਕਰਦੇ ਹਨ ਕੂਕੇ ਕਾਊ ਗਾਂ ਦੀ ਪੂਜਾ ਕਰਦੇ ਹਨ ਵਿਚ ਨੈਸ਼ਨਲਾਈਜੇਸ਼ਨ ਲੀਡਰ ਵਾਸ ਨੋਨ ਐਸ ਦਾ ਸ਼ੇਰ-ਏ-ਪੰਜਾਬ ਤਾਂ ਸ਼ੇਰ-ਏ-ਪੰਜਾਬ ਲਾਲਾ ਲਾਜਪਤਰਾਏ ਨੂੰ ਕਿਹਾ ਜਾਂਦਾ ਹੈ ਦਾ ਨੇਟਿਵ ਵਿਲੇਜ ਆਫ ਰਾਮ ਸਿੰਘ ਵਾਸ ਰਾਮ ਸਿੰਘ ਦਾ ਨੇਟਿਵ ਵਿਲੇਜ ਭੈਣੀ ਸਾਹਿਬ ਹੈ ਲਾਲਾ ਲਾਜ ਪਤਰਾਈ బిਗਨ ਹੈਜ਼ ਪ੍ਰੈਕਟਿਸ ਆਫ ਲਾ ਲੱਲਾ ਲਾਜ ਪਤਰਾਈ ਨੇ ਲਾ ਦੀ ਪੜ੍ਹਾਈ ਕਿੱਥੋਂ ਕੀਤੀ ਤਾਂ ਉਹਨਾਂ ਨੇ ਲਾ ਦੀ ਪੜ੍ਹਾਈ ਹਸਾਰ ਤੋਂ ਕੀਤੀ ਹੂ ਕੰਪੈਸਟ ਦਾ ਸੌਂਗ ਪਗੜੀ ਸੰਭਾਲ ਜੱਟਾ ਇਹ ਸੌਂਗ ਬਾਂਕੇ ਦਿয়াল ਵੱਲੋਂ ਗਾਇਆ ਗਿਆ who was first president of ghadar party ta son singh pakna pehle pradhan ghadar party de pehle pradhan san lala laj patraide died on ta lala laj patraide 30 october 1928 nu shaheed hoy 30 october bhagat singh ਐਂਡ ਰਾਜਗੁਰੂ ਔਨ डिसेंबर 1928 ਕੈਲਡ ਤਾਂ ਉਹਨਾਂ ਨੇ ਭਗਤ ਸਿੰਘ ਤੇ ਰਾਜਗੁਰੂ ਨੇ ਸੰਡਰਸ ਨੂੰ 1928 ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਵੈਨ ਇਨ 1931 ਵਾਰ ਭਗਤ ਸਿੰਘ ਰਾਜਗੁਰੂ ਐਂਡ ਸਖਦੇਵ ਤਾਂ 1931 ਕਿਹੜੀ ਤਰੀਕ ਨੂੰ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਨੂੰ ਸ਼ਹੀਦ ਕੀਤਾ ਗਿਆ ਤਾਂ 23 ਮਾਰਚ 1931 ਨੂੰ 23 ਮਾਰਚ 1931 ਨੂੰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਸ਼ਹੀਦ ਕੀਤਾ ਗਿਆ ਹੈਲੇ ਏਰੀਆ ਆਫ ਪੰਜਾਬ ਇਜ਼ ਕਾਲਡ ਤਾਂ ਸ਼ਿਵਾਲਿਕ ਹਿੱਲ ਹਾਊ ਮਚ ਪੋਪੂਲੇਸ਼ਨ ਆਫ ਪੰਜਾਬ ਇਜ਼ ਡਾਇਰੈਕਟ অর ਇਨਡਾਇਰੈਕਟ ਡਿਪੈਂਡੈਂਟ ਔਨ ਐਗਰੀਕਲਚਰ ਤਾਂ ਪੰਜਾਬ ਦਾ 80% ਲੋਕ ਖੇਤੀਬਾੜੀ ਤੇ ਨਿਰਭਰ ਹਨ ਵੇਅਰ ਇਜ਼ ਦਾ ਮਾਜਾ ਰੀਜਨ ਮਾਜਾ ਰੀਜਨ ਦਾ ਏਰੀਆ ਬਟਵੀਨ ਬਿਆਸ ਐਂਡ ਰਾਵੀ ਪੰਜਾਬ ਇਜ਼ ਰਿਚ ਇਨ ਰੌਕ ਸਾਲਟ ਚਟਾਨੀ ਲੂਣ ਹੂ ਇਜ਼ ਨੋਨ ਐਸ ਦਾ ਫਾਊਂਡਡ ਆਫ ਸਿੱਖ ਐਮਪਾਇਰ ਸਿੱਖ ਸਾਮਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਸਨ ਵਿੱਚ ਸਿੱਖ ਗੁਰੂ ਆਰਡਰ ਵੇਅਰਿੰਗ ਦਾ ਫਾਈਵ ਕਕਾਰ ਕੇਸ ਕੰਗਾ ਕੜਾ ਕਿਰਪਾਨ ਕਸ਼ਹਿਰਾ ਪੰਜ ਕਕਾਰ ਕਿਹੜੇ ਗੁਰੂ ਵੱਲੋਂ ਦਿੱਤੇ ਗਏ ਇਹ ਕਕਾਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੇ ਗਏ ਦਾ 뮤지컬 ਇਨਸਟਰੂਮੈਂਟ ਪਲੇ ਬਾਏ ਦਾ ਗੁਰੂ ਨਾਨਕ ਫੇਥਫੁਲੀ ਅਟੈਂਡ ਮਰਦਾਨਾ ਵਾਸ ਤਾਂ ਮਰਦਾਨਾ ਵਾਸ ਰਬਾਬ ਰਬਾਬ ਤੇ ਮਰਦਾਨਾ ਜੀ ਕੀਰਤਨ ਕਰਦੇ ਸਨ ਹਾਊ ਮੈਨੀ ਡਿਸਟ੍ਰਿਕਟ ਆਰ देयर ਇਨ ਪੰਜਾਬ ਤਾਂ 23 ਜ਼ਿਲ੍ਹੇ ਪੰਜਾਬ ਵਿੱਚ ਹਨ 23ਵਾਂ ਜ਼ਿਲ੍ਹਾ ਮਰੀਲਕੋਟਲਾ ਹੈ ਹੂ ਵਾਸ ਪੰਜਾਬ ਚੀਫ ਮਨਿਸਟਰ ਆਫ 1956 ਤੋਂ 64 1956 ਤੋਂ 64 ਤੱਕ ਪੰਜਾਬ ਦੇ ਮੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਰਹੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਧੰਨਵਾਦ ਸਭ ਦਾ